ਸਤਿ ਸ਼੍ਰੀ ਅਕਾਲ, ਮੈਂ ਲੁਧਿਆਣਾ ਹੈਲਥ ਫਾਊਂਡੇਸ਼ਨ ਦਾ ਪ੍ਰੈਜ਼ੀਡੈਂਟ ਮੁਹੰਮਦ ਸਾਦਿਕ। ਤਕਰੀਬਨ 25-26 ਦਿਨਾਂ ਤੋਂ ਸਾਡੀ ਸੰਸਥਾ ਵੱਲੋਂ ਜਿਹੜੇ ਕਿ ਉਪਰਾਲੇ ਆ, ਲੋਕਾਂ ਨੂੰ ਰਾਸ਼ਨ ਦਾਨ, ਖਾਣਾ ਪੀਣ ਦੀ ਸੁਵਿਧਾ, ਇਹ ਲੰਗਰ ਛਕਾਇਆ ਜਾ ਰਿਹਾ ਆ। ਤਕਰੀਬਨ 1500 ਦੇ ਕਰੀਬ ਸਾਡੀ ਸੰਸਥਾ ਅਤੇ 2-3 ਹੋਰ ਸੰਸਥਾਵਾਂ ਨਾਲ ਰਲ ਕੇ ਰੋਜ਼ ਦੀ ਰੋਜ਼ ਲੰਗਰ ਬਣਾ ਕੇ ਉਹਨਾਂ ਦੇ ਘਰ ਪਹੁੰਚਾਇਆ ਜਾਂਦਾ, ਤਾਂ ਕਿ ਲੋਕ ਆਪਣੇ ਘਰ ਦੇ ਅੰਦਰ ਬੈਠ ਸਕਣ। ਕਿਉਂਕਿ ਬਾਹਰ ਨਿਕਲਣਾ, ਸਭ ਨੂੰ ਪਤਾ ਵਾ, ਇਸ ਟਾਈਮ ਕਰੋਨਾ ਦੀ ਮਹਾਂਮਾਰੀ ਫੈਲੀ ਹੋਈ ਹੈ, ਇਸ ਕਰਕੇ ਹਰ ਬੰਦਾ ਆਪਣੇ ਘਰ ਦੇ ਅੰਦਰ ਬੈਠਾ। ਤੁਹਾਨੂੰ ਲੱਗਦਾ ਕਈ ਜਣਿਆਂ ਨੂੰ ਰਾਸ਼ਨ ਪ੍ਰੋਵਾਈਡ ਨਹੀਂ ਹੋਇਆ ਹਲੇ ਤੱਕ, ਅਤੇ ਕਈਆਂ ਨੂੰ 2-2 ਵਾਰੀ ਮਿਲੀ ਜਾ ਰਹੀ? ਨਹੀਂ ਜੀ, ਦੇਖੋ, ਮੈਂ ਸਾਡੀ ਸੰਸਥਾ ਤਾਂ ਉੱਥੇ ਰਾਸ਼ਨ ਪਹੁੰਚਾਉਂਦੀ ਆ ਜਿੱਥੇ ਕਿ ਬਿਲਕੁਲ ਪਹੁੰਚ ਨਹੀਂ ਰਿਹਾ, ਪਰ ਮੈਂ ਦੇਖ ਰਿਹਾ ਵਾਂ ਕਿ ਉੱਥੇ ਤੱਕ ਰਾਸ਼ਨ ਨਹੀਂ ਪਹੁੰਚ ਪਾ ਰਿਹਾ ਜਿੱਥੇ ਪਹੁੰਚਣਾ ਚਾਹੀਦਾ। ਸੋ ਮੈਨੂੰ ਇਹ ਸਭ ਦੇਖੋ ਕਹਿਣਾ ਚੰਗਾ ਤਾਂ ਲੱਗਦਾ ਨਹੀਂ, ਪਰ ਫਿਰ ਵੀ ਉੱਥੇ ਤੱਕ ਪਹੁੰਚਾਉਣਾ ਚਾਹੀਦਾ, ਕਿਉਂਕਿ ਹਰ ਇੱਕ ਸੰਸਥਾ ਅਤੇ ਹਰ ਇੱਕ ਬੰਦੇ ਦੀ ਇਹ ਫਿਰ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਘਰ ਤੱਕ ਰਾਸ਼ਨ ਪਹੁੰਚਾਵੇ। ਕਿਉਂਕਿ ਜਿਹੜੇ ਬੰਦੇ ਬਾਹਰਲੇ ਫਸੇ ਆ, ਜਿਹੜੇ ਰੋਜ਼ ਮਰਿਆ ਦੇ ਵਿੱਚ ਕਮਾਉਣ ਵਾਲੇ ਬੰਦੇ ਆ, ਉਹ ਕਿੱਥੇ ਜਾਊਂਗੇ? ਉਹ ਭੁੱਖੇ ਹੀ ਮਰੂਗੇ। ਸੋ ਇਸ ਕਰਕੇ ਸਾਡੀ ਸੰਸਥਾ ਨੇ ਇਹ ਜੁੰਮਾ ਚੱਕਿਆ ਵਾ, ਅਤੇ ਅਸੀਂ ਵੀਡੀਓ ਵੀ ਇਸ ਕਰਕੇ ਨਹੀਂ ਬਣਾ ਰਹੇ ਕਿ ਸਾਡੀ ਪਬਲਿਕ ਸਿਟੀ ਹੋਵੇ, ਅਸੀਂ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਕਿਉਂਕਿ ਕਈ ਬੰਦੇ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਕਈ ਬੰਦੇ ਇਹੋ ਜਿਹੇ ਆ ਜਿਹੜੇ ਕਿ ਰਾਸ਼ਨ ਲੈ ਕੇ ਪਰ ਉਹਨਾਂ ਤੱਕ ਘਰ ਤੱਕ ਨਹੀਂ ਪਹੁੰਚਾਉਂਦੇ। ਸੋ ਮੈਂ ਉਹਨਾਂ ਸਭ ਨੂੰ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਸਾਡੇ ਗੁਰੂਆਂ ਨੇ ਵੀ ਕਿਹਾ, ਸਭ ਨੇ ਕਿਹਾ, ਸੱਚੇ ਗੁਰੂ ਪਾਤਸ਼ਾਹ ਜੀ ਨੇ ਵੀ ਇਹ ਗੱਲ ਕਹੀ ਆ ਕਿ ਰਾਸ਼ਨ ਜਿਹੜਾ ਵੰਡਿਆ ਗਿਆ, ਜੇ ਕਿਸੇ ਨੂੰ ਕੋਈ ਰਾਸ਼ਨ ਦਿੰਦੇ ਹੋ ਜਾਂ ਕੁਝ ਦਾਨ ਕਰਦੇ ਹੋ ਤਾਂ ਦਿਖਾਵਾ ਨਹੀਂ ਕਰੀਦਾ। ਸੋ ਇਸ ਕਰਕੇ ਮੈਂ ਸਭ ਨਾਲੋਂ ਅਪੀਲ ਕਰਦਾ ਕਿ ਕਿਸੇ ਦੀ ਫੋਟੋ ਪਲੀਜ਼ ਨਾ ਖਿੱਚਿਆ ਕਰੋ, ਘੱਟ ਤੋਂ ਘੱਟ ਇਹ ਵੀ ਨਾ ਕਰੋ। ਕਿਉਂਕਿ ਅਸੀਂ ਹੱਬੋਆ ਰਾਸ਼ਨ ਦੇਣ ਗਏ ਸੀ ਅਤੇ ਸਾਨੂੰ ਉਹਨਾਂ ਨੇ ਬਿਲਕੁਲ ਇਨਕਾਰ ਕਰਤਾ ਕਿ ਅਸੀਂ ਰਾਸ਼ਨ ਨਹੀਂ ਲੈਣਾ। ਅਸੀਂ ਪੁੱਛਿਆ ਕਿਉਂ, ਕਿ ਤੁਸੀਂ ਆਉਂਦੇ ਹੋ, ਵੀਡੀਓ ਬਣਾ ਕੇ ਲੈ ਕੇ ਚੱਲ ਜਾਂਦੇ ਹੋ ਅਤੇ ਤੁਸੀਂ ਰਾਸ਼ਨ ਕੁਝ ਦਿੰਦੇ ਹੋ। ਸੋ ਮੇਰੀ ਪੂਰੀ ਸੰਸਥਾ ਦੇ ਜਿੰਨੇ ਵੀ ਸੇਵਾਦਾਰ ਹੈ ਉਹਨਾਂ ਤੋਂ ਅਪੀਲ ਆ, ਤੁਸੀਂ ਇੱਕ ਰਿਕਾਰਡ ਵਾਸਤੇ ਆਪਣੀ ਫੋਟੋ ਖਿੱਚ ਕੇ ਰੱਖ ਸਕਦੇ ਹੋ, ਅਦਰਵਾਈਜ਼ ਤੁਸੀਂ ਫੋਟੋਆਂ ਖਿੱਚ ਕੇ ਐਂ ਤੁਸੀਂ ਪਾ ਰਹੇ ਹੋ, ਸਭ ਗਲਤ ਆ। ਜਿਹੜੇ ਮੇਰੇ ਨਾਲ ਚੱਲਦੇ ਆ ਅਤੇ ਮੇਰੀ ਟੀਮ ਦੇ ਬੰਦੇ ਆ ਅਤੇ ਜਿਹੜੇ ਮੋਹਿਤ ਬਈਆ ਅਤੇ ਰੋਹਿਤ ਬਈਆ ਜਿਹੜੇ MB ਮੋਟਰ ਦੇ ਮਾਲਕ ਨੇ, ਉਹ ਵੀ ਸਾਨੂੰ ਬਹੁਤ ਸਪੋਰਟ ਕਰਦੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਇੰਨੇ ਕੁ ਸਪੋਰਟ ਕਰਦੇ ਹਾਂ ਅਤੇ ਅਸੀਂ ਇੱਦਾਂ ਹੀ ਉਪਰਾਲਾ ਚਲਾਉਂਦੇ ਰਹਾਂਗੇ ਜਦੋਂ ਤੱਕ ਇਹ ਲੋਕਡਾਊਨ ਹੈਗਾ ਵਾ। ਸਭ ਦਾ ਬਹੁਤ ਬਹੁਤ ਧੰਨਵਾਦ।